ਨਮਸਤੇ ਤਾਂ ਖਰੇ ਥੋਂ ਸਾਰੇ। ਕੁਛ ਦਿਨ ਪਹਿਲਾਂ ਮੈਂ ਬੋਲਿਆ ਸਟੇਡੀਅਮ ਦੇ ਅੰਦਰ ਦੇ ਕੁਛ ਵੀਡੀਓ ਥੋਂ ਦੱਸਣੇ ਨਾ, ਤਾਂ ਮੈਂ ਲਾਈਨ ਆਈ ਹੈ ਲਗਭਗ ਪ੍ਰੋਵਾਈਡ ਹੋਈ ਹੈ ਤਾਂ ਤੂੰ ਤੇ ਤਾਂ ਇਹ ਹੈ ਨਾ ਹਾਂਜੀ ਮਾਰਚ ਪਾਸ ਤਾਂ ਹੀ ਤਿਆਰ ਹਨ ਬਿਲਕੁਲ। ਤਾਂ ਸਭ ਤੋਂ ਪਹਿਲਾਂ ਜਿਹੜਾ ਇਸ ਬਾਹਰ ਗਰਾਊਂਡ 'ਚ ਹੀ ਲਾਈਨ ਲਗਾਈ ਤੀ ਥੀ ਕਿ ਲਾਈਨ ਨੇ ਤਾਂ ਹੀ ਅੰਦਰ ਸਟੇਡੀਅਮ ਦੀ ਤਰਫ ਜਾਣਾ ਥਾ, ਅਤੇ ਚੀਫ ਗੈਸਟ ਆਏ ਥੇ ਤਾਂ ਇਹ ਸਾਰੇ ਸਟੇਡੀਅਮ ਦੀ ਤਰਫ ਚਲੇ ਪਏ ਥੇ, ਅਹਮ ਵੀ ਚਲੇ ਪਏ ਥੇ। ਮਾਰਚ ਪਾਸ ਥਾ ਕਹਿੰਦੇ ਸਲਾਮੀ ਦੇ ਥੇ, ਤਾਂ ਬੜੀ ਮੁਸ਼ਕਲਾਂ ਨਾਲ ਵੀਡੀਓ ਪ੍ਰੋਵਾਈਡ ਹੋਏ ਕਿਉਂਕਿ ਅਹਾਂ ਤਾਂ ਇੱਥੋਂ ਥੇ ਅੰਦਰ, ਅਤੇ ਕੀ ਆ ਕੁਨੀ ਵੀਡੀਓ ਬਣਾਉਣਾ ਥਾ। ਤਾਂ ਵੈਸੇ ਅੰਦਰ ਕੋਈ ਬਾਹਰੇ ਦਾ ਪਰਸਨ ਜ਼ਿਆਦਾ ਅਲਾਊਡ ਵੀ ਨਹੀਂ ਹੁੰਦੇ, ਕਹਿੰਦੇ ਆਈ ਕਾਰਡ ਜਿਸ ਲਾ ਹੁੰਦੇ ਸਹਿ ਹੀ ਆਈ ਪਾਉਂਦੇ। ਤਾਂ ਸਾਰੇ ਸਟੇਟ ਹੀ ਮਾਰਚ ਪਾਸ ਕਰਾ ਦੇ, ਹਾਂ ਵੀ ਕਰਾ ਦੇ ਕਹਿੰਦੇ। ਅਤੇ ਇਸ ਤੋਂ ਬਾਅਦ ਥਾ ਕਿ ਜਿਹੜਾ ਚੀਫ ਗੈਸਟ ਆਏ ਥੇ ਤਿਨ੍ਹਾਂ ਦੀ ਸਪੀਚ ਥੀ, ਅਤੇ ਸਪੀਚ ਤੋਂ ਬਾਅਦ ਜਿਹੜਾ ਇਸ ਹੈ ਸਟੇਡੀਅਮ 'ਚ ਹੀ ਅੰਦਰ ਹੀ ਕੋਰਟ 'ਚ ਬੈਠੇ ਥੇ ਵੇਟ ਕਰਾ ਦੇ, ਕਾਫੀ ਟਾਈਮ ਬੈਠਣਾ ਪਿਆ ਕਿਉਂਕਿ ਜਿਹੜਾ ਚੀਫ ਗੈਸਟ ਥੇ ਉਹਨਾਂ ਦਾ ਭਾਸ਼ਣ ਤੁਹਾਨੂੰ ਪਤਾ ਹੀ ਹੈ ਕਾਫੀ ਲੰਬਾ ਵੀ ਹੁੰਦਾ। ਮਾਰਚ ਪਾਸ ਕੰਪਲੀਟ ਹੋਣੇ ਤੋਂ ਬਾਅਦ ਜਿਹੜਾ ਸਹਿ ਅੰਦਰ ਜਿਹੜਾ ਹੈ ਕੋਰਟ ਦੇ ਅੰਦਰ ਆਈ ਹੈ ਜਿੱਥੋਂ ਗੇਮ ਹੋਣੀ ਸੀ। ਤਾਂ ਗੇਮਾਂ ਦੀ ਗੱਲ ਦੱਸਾਂ ਤਾਂ ਅੱਜ ਜਿਹੜਾ ਹੈ ਪਹਿਲੇ ਦਿਨੇ ਦੀ ਗੇਮ ਜਿਹੜਾ ਸੀ ਹਰਸ਼ਲ ਦੀ ਥੀ, ਸੈਕਿੰਡ 'ਚ ਹਾਈ ਕਿੱਕ ਥੀ। ਉਸ ਦਿਨ ਹੀ ਐਸ਼ਵਰਿਆ ਦਾ ਸੈਕਿੰਡ ਦਿਨ 'ਚ ਚੁਗਲ ਡੁਗਲ ਥਾ, ਔਰ ਤ੍ਰੀਏ ਦਿਨ ਹੈ ਹਾਈ ਕਿੱਕ ਥੀ। ਤਾਂ ਬਹੁਤ ਅੱਛਾ ਬੱਚਾ ਜਿਹੜਾ ਸਭ ਪ੍ਰਦਰਸ਼ਨ ਕੀਤਾ। ਫਾਈਨਲ ਰਾਊਂਡ 'ਚ ਹੀ ਦੋਨੋਂ ਬਾਹਰ ਆਏ, ਪਹਿਲੇ ਜਿਹੜਾ ਹੈ ਇਹਨਾਂ ਬਹੁਤ ਅੱਛਾ ਪ੍ਰਦਰਸ਼ਨ ਕੀਤਾ। ਬੜੀ ਖੁਸ਼ੀ ਦੀ ਗੱਲ ਇਹ ਤਾਂ ਹਿਮਾਚਲ ਦੇ ਬੱਚੇ ਜਿਹੜਾ ਫਾਈਨਲ ਰਾਊਂਡ ਤੱਕ ਜਿਹੜਾ ਐਸਾ ਸਿਲੈਕਟ ਹੋਏ, ਤਾਂ ਬਹੁਤ ਅੱਛਾ ਪ੍ਰਦਰਸ਼ਨ ਜਿਹੜਾ ਐਸਾ ਇਹਨਾਂ ਕੀਤਾ, ਬਹੁਤ ਅੱਛੇ ਪੁਆਇੰਟਸ ਵੀ ਇਹਨਾਂ ਲੈ। ਤਾਂ ਟਰਾਈ ਕਰਨਾ ਚਾਹੀਦਾ, ਮੈਡਲ ਜਿੱਤਣਾ ਹਾਰਨਾ ਇੱਕ ਅਲੱਗ ਗੱਲ ਹੈ, ਇਤਨੀ ਦੂਰ ਇਤਨੇ ਬੜੇ ਲੈਵਲ 'ਚ ਪ੍ਰਦਰਸ਼ਨ ਕਰਨਾ ਵੀ ਇੱਕ ਬੜੀ ਵੱਡੀ ਗੱਲ ਹੈ। ਕਹਿੰਦੇ ਇਹ ਹੈ ਨੈਸ਼ਨਲ ਗੇਮ ਦੀ ਸਿੰਬਲ ਬੀਰਾ ਮੰਗਈ, ਜਿਹੜਾ ਹੈ ਕਿ ਇੱਕ ਫਰੀਡਮ ਫਾਈਟਰ ਹੈ। ਜਾਲੂ ਵੀ ਉਹ ਦਿੱਥੇ ਤਾਂ ਬੱਚਿਆਂ ਕੰਨੇ ਜਾਂ ਪੂਰੀਆਂ ਟੀਮਾਂ ਕੰਨੇ ਕੋਈ ਨਾ ਕੋਈ ਜਿਹੜਾ ਹੈ ਸਹਿ ਗੇਮ ਕਰਵਾ ਦਿੱਥੇ, ਫਨ ਗੇਮ। ਤਾਂ ਆਹ ਵੀ ਖੂਬ ਇੰਜੋਏ ਕੀਤਾ ਬੀਰਾ ਮੰਗਈ, ਕਹਿੰਦੇ ਕਹਿੰਦੇ ਜਿੱਤਣ ਵਾਲੇ ਗਿਫਟ ਵੀ ਦੇ ਥੇ। ਤਾਂ ਟੀਮ ਬਣਾਉਣਾ ਪਉਦੀ ਦੋ ਦੋ ਬੱਚਿਆਂ ਦੀ, ਤਾਂ ਹਾਂਜੀ ਕਹਿੰਦੇ ਰਾਜਸਥਾਨ ਦੀ ਜਿਹੜਾ ਹੈ ਦੋ ਦੋ ਬੱਚਿਆਂ ਦੀ ਟੀਮ ਬਣੀ ਹੈ ਥੀ। ਤਾਂ ਮੈਂ ਕਹਿੰਦਾ ਐਸ਼ਵਰਿਆ ਥੀ, ਤਾਂ ਹਾਂ ਇਹ ਬੋਲ ਪਾਉਣੇ ਥੇ ਜਿਹੀਆਂ ਕਿ ਤੁਹਾਨੂੰ ਦੇਖੀ ਸਕਦੇ, ਪਰ ਹਾਂ ਕਹਿੰਦੇ ਇਹ ਗੇਮ ਖੇਲੀ ਕੁਛ ਸਟੇਟ ਕਰਨਾ, ਨੋ ਹੀ ਗੇਮ ਖੇਲਣੀ ਹੈ ਸਾਰੀ, ਇੱਕ ਹੀ ਗੇਮ ਨਹੀਂ ਹੈ, ਅਲੱਗ ਅਲੱਗ ਗੇਮਾਂ ਜਿਹੜਾ ਅਸੀਂ ਖੇਲਣਾ ਪਉਦੀਆਂ ਥੀ। ਬੜਾ ਵਾਰੀ ਮਜ਼ਾ ਆਉਂਦਾ ਥਾ ਕਿਉਂਕਿ ਸਟੇਡੀਅਮ ਜਿਹੜਾ ਹੈ ਸਹਿ ਗੇਮਾਂ ਤੋਂ ਇਲਾਵਾ ਜਿਹੜਾ ਹੈ ਸਹਿ ਗੇਮ ਖਿਲਾ ਦੇ, ਤਾਂ ਇਤਨਾ ਮਜ਼ਾ ਕਰਾ ਦੇ ਥੇ ਹਰਸ਼ਿਲ ਦੀ ਟੀਮ ਕੰਨੇ ਥਾ ਸ਼ਾਹਿਲ, ਤਾਂ ਬਹੁਤ ਹੀ ਮਜ਼ਾ ਆਇਆ। ਵੈਸੇ ਇਹ ਫਸਟ ਰਾਊਂਡ 'ਚ ਇਹ ਹੀ ਸਿਲੈਕਟ ਹੋਏ, ਕਹਿੰਦੇ ਸੈਕਿੰਡ ਰਾਊਂਡ 'ਚ ਆਹਾਂ ਸਿਲੈਕਟ ਹੋਏ, ਤਾਂ ਵੈਸੇ ਅਸੀਂ ਪ੍ਰਾਈਜ਼ ਤਾਂ ਨਹੀਂ ਮਿਲਣਾ, ਇਹਨੇ ਮਿਲੀ ਹੈ ਥਾ, ਪਰ ਬੜਾ ਮਜ਼ਾ ਆਇਆ ਖੇਲਣੇ ਦਾ। ਕਹਿੰਦੇ ਬੜੇ ਸਾਰੇ ਜਿਹੜਾ ਬੀਰਾ ਮੰਗੇ ਇਹਨਾਂ ਨੇ ਸਗੋਂ ਫੋਟੋ ਵੀ ਖਿਚਵਾਏ ਕਿਉਂਕਿ ਇਹ ਥੀ ਨੈਸ਼ਨਲ ਗੇਮ ਦੀ ਸਿੰਬਲ। ਕਹਿੰਦੇ ਇੱਕ ਮਹਿਲਾ ਫਰੀਡਮ ਫਾਈਟਰ ਥੀ ਜਿਹੜਾ ਕਿ ਅੰਗਰੇਜ਼ਾਂ ਕੰਨੇ ਜਿਹੜਾ ਹੈ ਸਹਿ ਯੁੱਧ ਲੜਿਆ ਥਾ, ਕਹਿੰਦੇ ਜਿੱਤਿਆ ਵੀ ਥਾ। ਤਾਂ ਦੇਖੀ ਸਕਦੇ ਆਊਟਸਾਈਡਰ ਜਿਹੜਾ ਸਕੂਲਾਂ ਦੇ ਬੱਚੇ ਥੇ ਤਿਨ੍ਹਾਂ ਕੰਨੇ ਵੀ ਫੋਟੋ ਖਿਚਵਾਏ, ਗੇਮ ਖੇਲੀ, ਕਹਿੰਦੇ ਖਾਣਾ ਪੀਣਾ ਤਾਂ ਚੱਲਦਾ ਰਿਹਾ। ਤਾਂ ਵੀਡੀਓ ਖਰਾ ਲੱਗਾ ਤਾਂ ਸ਼ੇਅਰ ਲਾਈਕ ਕਰਿਆ ਮੇਰੇ।